ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਰਾ ਦਾ ਨਿੱਘਾ ਸਵਾਗਤ ਕਿਸਾਨ ਜਥੇਬੰਦੀਆਂ ਵੱਲੋਂ ਆਖਰ ਵੱਡਾ ਫੈਸਲਾ ਬੀਬੀ ਰਾਜਿੰਦਰ ਕੌਰ ਭੱਠਲ ਦਾ ਵੱਡਾ ਬਿਆਨ ਆਪਰੇਸ਼ਨ ਲੋਟਸ ਤੇ ਆਪਦੇ ਦਾਅਵੇ ਹਕੀਕਤ ਬਣੇ ਹੁਣ ਹੋਣੀ ਚਾਹੀਦੀ ਹੈ ਕਾਨੂੰਨੀ ਕਾਰਵਾਈ ਕਾਂਗਰਸ ਅਤੇ ਆਪ ਬਾਦ ਹੁਣ ਅਕਾਲੀ ਦਲ ਚ ਵੀ ਭਾਜਪਾ ਵੱਲੋਂ ਸਨ ਇੰਗਲੈਂਡ ਚ ਚਾਰ ਪੰਜਾਬੀ ਕਤਲ ਕੇਸ ਚ ਦੋਸ਼ੀ ਕਰਾਰ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦਿਆਂ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਆਖਰਕਾਰ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਆਖਰਕਾਰ ਇਹ ਆਖਿਆ ਜਾ ਸਕਦੇ ਆ ਕਿ ਭਾਜਪਾ ਨਾਲ ਉਹੀ ਹੋ ਗਈ ਜਿਸ ਦਾ ਭਾਜਪਾ ਨੂੰ ਡਰ ਸੀ ਸੰਯੁਕਤ ਕਿਸਾਨ ਮੋਰਚਾ ਨੇ ਜਿਹੜੀਆਂ ਆਗਾਮੀ ਲੋਕ ਸਭਾ ਚੋਣਾਂ ਆ ਰਹੀਆਂ ਨੇ ਇਹਨਾਂ ਚੋਣਾਂ ਦੇ ਦੌਰਾਨ ਭਾਜਪਾ ਦੇ ਵਿਰੋਧ ਦਾ ਐਲਾਨ ਕਰ ਦਿੱਤਾ ਹੈ ਇਹ ਐਲਾਨ ਸੰਯੁਕਤ ਕਿਸਾਨ ਮੋਰਚਾ ਦੇ ਵਿੱਚ ਸ਼ਾਮਲ ਜਥੇਬੰਦੀਆਂ ਦੇ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਬੂਟਾ ਸਿੰਘ ਬੁਰਜਗਿਲ ਕਮਲ ਪ੍ਰੀਤ ਸਿੰਘ ਪੰਨੂ ਅਤੇ ਸੰਦੀਪ ਅਰੋੜਾ ਦੀ ਪ੍ਰਧਾਨਗੀ ਹੇਠ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਗਿਆ ਅੱਗੇ ਚਲ ਕੇ ਮੈਂ ਦੱਸਾਂਗਾ ਕਿ ਹੋਰ ਕਿਹੜੇ-ਕਿਹੜੇ ਆਗੂ ਵੀ ਇਸ ਮੀਟਿੰਗ ਵਿੱਚ ਸ਼ਾਮਲ ਸੀ ਇਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੀ ਕੇਂਦਰ ਦੇ ਦਬਾਅ ਅਧੀਨ ਪੰਜਾਬ 'ਚ ਨੌ ਕਾਰਪੋਰੇਟ ਘਰਾਣਿਆਂ ਨੂੰ 26 ਮਾਰਕੀਟ ਕਮੇਟੀਆਂ ਅਧੀਨ ਆਉਂਦੇ ਖਰੀਦ ਕੇਂਦਰਾਂ 'ਚ ਨੌ ਸਾਈਲੋ ਖੋਲਣ ਨੂੰ ਦਿੱਤੀ ਮਨਜ਼ੂਰੀ ਬਾਰੇ ਵੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਇਹਨਾਂ ਆਗੂਆਂ ਨੇ ਕਿਹਾ ਕਿ ਜਿਹੜੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਵਾਸਤੇ ਕਿਸਾਨਾਂ ਵੱਲੋਂ ਸ਼ਹੀਦੀਆਂ ਦਿੱਤੀਆਂ ਗਈਆਂ 13 ਮਹੀਨੇ ਦਿੱਲੀ ਦੀ ਸਰਹੱਦ 'ਤੇ ਸੰਘਰਸ਼ ਕੀਤਾ ਗਿਆ ਤੇ ਉਹਨਾਂ ਕਾਲੇ ਕਾਨੂੰਨਾਂ ਨੂੰ ਹੁਣ ਚੋਰ ਮੋਰੀਆਂ ਦੇ ਰਾਹ ਨੂੰ ਲਾਗੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਉਹ ਚੋਰ ਮੋਰੀਆਂ ਵਾਲਾ ਰਾਹ ਫੜ ਲਿਆ ਹੈ। ਦੱਸਣਾ ਬਣਦਾ ਹੈ ਕਿ ਜਦੋਂ ਕਿਸਾਨ ਸਿੱਧੀ ਖੁਦ ਸਾਈਲੋਜ਼ ਦੇ ਵਿੱਚ ਫਸਲ ਲਾਣ ਲੱਗੇ ਸੀ ਸਾ ਸਰਕਾਰੀ ਅਨਾਜ ਮੰਡੀਆਂ ਦੇ ਵਿੱਚ ਆਮਦ ਘਟ ਗਈ ਸੀ ਤੇ ਘਟੂਗੀ ਵੀ ਇਸ ਤਰ੍ਹਾਂ ਉਹ ਕਹਿੰਦੇ ਮੰਡੀਆਂ ਨੂੰ ਫੇਲ ਕਰਕੇ ਅਖੀਰ ਬੰਦ ਕਰਕੇ ਕਿਸਾਨਾਂ ਨੂੰ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ਤੇ ਛੱਡਿਆ ਜਾਏਗਾ ਕਿਸਾਨ ਆਗੂਆਂ ਨੇ ਕਿਹਾ ਕਿ ਲੋਕ ਇਹਨਾਂ ਤੱਕੇ ਸ਼ਾਹੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਇੱਥੇ ਇਹ ਗੱਲ ਤੁਹਾਨੂੰ ਮੈਂ ਯਾਦ ਕਰਵਾਉਣੀ ਚਾਹੁੰਦਾ ਹਲੇ ਬਹੁਤੀ ਪੁਰਾਣੀ ਨਹੀਂ ਜਦੋਂ ਪਹਿਲਾ ਕਿਸਾਨੀ ਸੰਘਰਸ਼ ਚੱਲਿਆ ਉਸ ਵਕਤ ਕਾਰਪੋਰੇਟ ਘਰਾਣਿਆਂ ਦਾ ਖੁੱਲਕੇ ਵਿਰੋਧ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੇ ਕੁਝ ਕੰਪਨੀਆਂ ਦੇ SIM ਕਾਰਡ ਤੋੜ ਦਿੱਤੇ ਤੇ ਵਹਾਵ ਮਾਰੇ ਉਹਨਾਂ ਦੇ ਪੈਟਰੋਲ ਪੰਪਾਂ ਦਾ ਤੇ ਉਹਨਾਂ ਦੇ ਬਣੇ ਪ੍ਰੋਡਕਟਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਪਰ ਵਿਰੋਧ ਲਗਾਤਾਰ ਇਹ ਤੂਲ ਵੀ ਫੜਦਾ ਗਿਆ ਉਧਰ ਸੰਘਰਸ਼ ਖਤਮ ਹੋਇਆ ਜਿਉਂ ਹੀ ਸੰਘਰਸ਼ ਦੀ ਸਮਾਪਤੀ ਹੋਈ ਤੇ ਉਹਦੇ ਤੋਂ ਬਾਅਦ ਜਦੋਂ ਕਣਕ ਦਾ ਸੀਜ਼ਨ ਆਇਆ ਨਾ ਤਾਂ ਸਾਈਲੋ ਦੇ ਵਿੱਚ ਉਹੀ ਕਿਸਾਨ ਲੰਬੀਆਂ ਕਤਾਰਾਂ ਲਈ ਖੜੇ ਸੀ ਤੇ ਆਪਣੀ ਜਨਸ ਟਰਾਲੀਆਂ ਚ ਲੱਦੀ ਹੋਈ ਸੀ ਜਦੋਂ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਸੀ ਕਿ ਇਹਨਾਂ ਦਾ ਤੁਸੀਂ ਵਿਰੋਧ ਕਰਦੇ ਸੀ ਉਹ ਕਹਿੰਦੇ ਨਹੀਂ ਇੱਥੇ ਤਾਂ ਸਮਾਂ ਵੀ ਨਹੀਂ ਲੱਗਦਾ ਪੇਮੈਂਟ ਵੀ ਨਾਲ ਦੀ ਨਾਲ ਹੁੰਦੀ ਹੈ ਮੈਂ ਉਦੋਂ ਵੀ ਇਤਰਾਜ਼ ਕੀਤਾ ਸੀ ਕਿ ਆਹੀ ਸੀ ਕਾਰਪੋਰੇਟ ਘਰਾਣੇ ਜਿਨ੍ਹਾਂ ਦੇ ਖਿਲਾਫ ਤੁਸੀਂ ਡਟੇ ਖੜੇ ਸੀ ਤੇ ਅੱਜ ਤੁਸੀਂ ਖੁਦ ਉਧਰ ਨੂੰ ਤੁਰ ਰਹੇ ਹੋ ਤੇ ਇਸ ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਇੱਕ ਹੋਰ ਵੀ ਮਤਾ ਪਾਸ ਕੀਤਾ ਗਿਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਇਹ ਜਿਹੜੀ ਸਰਕਾਰ ਆ ਕਿਸਾਨ ਤੇ ਮਜ਼ਦੂਰਾਂ ਦੀ ਵਿਰੋਧੀ ਆ ਲੋਕ ਵਿਰੋਧੀ ਆ ਇਸ ਲਈ ਪੰਜਾਬ ਅੰਦਰ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਭਾਜਪਾ ਦਾ ਡਟ ਕੇ ਵਿਰੋਧ ਕੀਤਾ ਜਾਏ ਇਸ ਮੀਟਿੰਗ ਦੇ ਵਿੱਚ ਇਸ ਮੌਕੇ ਹਰਿੰਦਰ ਸਿੰਘ ਲੱਖੋਵਾਲ ਬਲਵੀਰ ਸਿੰਘ ਰਾਜੇਵਾਲ ਸੁਤਨਾਮ ਸਿੰਘ ਅਜਨਾਲਾ ਕੁਲਦੀਪ ਸਿੰਘ ਵਜੀਦਪੁਰ ਬੋਗ ਸਿੰਘ ਮਾਨਸਾ ਰਾਜਵਿੰਦਰ ਕੌਰ ਰਾਜੂ ਬੂਟਾ ਸਿੰਘ ਸ਼ਾਦੀਪੁਰ ਬਲਵਿੰਦਰ ਸਿੰਘ ਮੱਲੀ ਨੰਗਲ ਗੁਰਨਾਬ ਸਿੰਘ ਭੀਖੀ ਹਰਬੰਸ ਸਿੰਘ ਸੰਘਾ ਅੰਗਰੇਜ਼ ਸਿੰਘ ਮੋਹਾਲੀ ਪ੍ਰੇਮ ਸਿੰਘ ਭੰਗੂ ਬਿਆਨ ਸਿੰਘ ਮਹਿਮਾ ਸਰਜਾ ਰੂਪ ਬਸੰਤ ਸਿੰਘ ਰਾਜ ਗੁਰਵਿੰਦਰ ਸਿੰਘ ਘੁੰਮਣ ਰਣਜੀਤ ਸਿੰਘ ਬਾਜਵਾ ਰਗਵੀਰ ਸਿੰਘ ਮੇਰਵਾਲਾ ਅਤੇ ਕੁਝ ਹੋਰ ਆਗੂ ਵੀ ਸ਼ਾਮਲ ਸੀ ਇਸ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਨਿੱਜੀ ਕੰਪਨੀਆਂ ਦੇ ਸਾਈਲੋਸ ਦਾ ਵਿਰੋਧ ਕਰਨ ਦੇ ਵਾਸਤੇ 8 ਅਪ੍ਰੈਲ ਨੂੰ ਮੋਹਾਲੀ ਤੇ ਸੰਯੁਕਤ ਕਿਸਾਨ ਮੋਰਚਾ ਇਹ ਇੱਕ ਵਿਸ਼ਾਲ ਮੁਜ਼ਾਹਰਾ ਕਰੇਗਾ ਤੇ 8 April ਦਾ ਦਿਨ ਇਸ ਕਰਕੇ ਚੁਣਿਆ ਗਿਆ ਕਿਉਂਕਿ ਇਸੇ ਦਿਨ ਸ਼ਹੀਦ ਭਗਤ ਸਿੰਘ ਹੋਰਾਂ ਨੇ ਬੋਲਿਆਂ ਨੂੰ ਸੁਣਾਉਣ ਵਾਸਤੇ ਅਸੈਂਬਲੀ ਦੇ ਵਿੱਚ ਬੰਬ ਧਮਾਕਾ ਕੀਤਾ ਸੀ ਇਸੇ ਤਰ੍ਹਾਂ ਦਿੱਲੀ ਦੀ ਰਾਮਲੀਲਾ ਗਰਾਊਂਡ ਦੇ ਵਿੱਚ 19 ਦਸੰਬਰ ਨੂੰ ਹੋਈ ਕਿਸਾਨ ਮਜ਼ਦੂਰ ਮਹਾਪੰਚਾਇਤ ਨੂੰ ਪ੍ਰਵਾਨਗੀ ਦੇ ਕੇ ਜਿਸ ਤਰ੍ਹਾਂ ਕਿਸਾਨਾਂ ਤੇ ਬੀਬੀਆਂ ਨੂੰ ਸੜਕਾਂ ਤੇ ਰੋਲਿਆ ਗਿਆ ਰੇਲਵੇ ਸਟੇਸ਼ਨਾਂ ਤੇ ਪਰੇਸ਼ਾਨ ਕੀਤਾ ਗਿਆ ਅਤੇ ਦਿੱਲੀ ਜਾਣ ਵਾਸਤੇ ਅੜਿੱਕੇ ਲਾਏ ਗਏ ਉਹਨੂੰ ਦੇਖਦੇ ਹੋਏ 21 ਮਈ ਨੂੰ ਮੋਦੀ ਹਰਾਓ ਕਾਰਪੋਰੇਟ ਭਜਾਓ ਦੇਸ਼ ਬਚਾਓ ਇਸ ਨਾਰੇ ਦੇ ਅਧੀਨ ਦੱਸਿਆ ਗਿਆ ਕਿ ਜਗਰਾਉਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਇੱਕ ਮਹਾਰੇਲੀ ਕੀਤੀ ਜਾਏਗੀ ਤੇ ਹੁਣ ਇਹ ਤਾਂ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਵੱਡਾ ਫੈਸਲਾ ਕਰ ਦਿੱਤਾ ਗਿਆ ਆਉਣ ਵਾਲੇ ਦਿਨਾਂ 'ਚ ਭਾਜਪਾ ਤੇ ਉਹਨਾਂ ਦੇ ਸਮਰਥਕਾਂ ਦਾ ਵਿਰੋਧ ਹੋਣਾ ਸੁਭਾਵਿਕ ਹੋ ਗਿਆ ਹੁਣ ਤੇ ਹਰਿਆਣੇ ਵਾਲੇ ਪਾਸੇ ਜੇਕਰ ਨਜ਼ਰ ਮਾਰੀਏ ਤਾਂ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਇਹਨਾਂ ਦੀ ਅਗਵਾਈ 'ਚ ਸ਼ੰਭੂ ਅਤੇ ਖਨੌਰੀ ਦੇ ਉੱਤੇ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਉਹਨੂੰ 46 ਦਿਨ ਪੂਰੇ ਹੋ ਚੁੱਕੇ ਨੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਅਮਰਜੀਤ ਸਿੰਘ ਮੋੜੀ ਦੀ ਅਗਵਾਈ 'ਚ ਹਰਿਆਣਾ ਅੰਦਰ ਸ਼ਹੀਦ ਨੌਜਵਾਨ ਸ਼ੁਭਕਰਨ ਸਿੰਘ ਦੀ ਕਲਸ਼ ਯਾਤਰਾ ਦੇ ਨਾਲ ਲਗਾਤਾਰ ਜੁੜ ਰਹੇ ਸੀ ਉਹਨਾਂ ਨੇ ਇਹ ਦੱਸਿਆ ਤੇ ਇਸ ਕਲਸ਼ ਯਾਤਰਾ ਨੂੰ ਹਰਿਆਣੇ ਦੇ ਲੋਕਾਂ ਦੇ ਵੱਲੋਂ ਭਰਮਾ ਹੰਗਾਰਾ ਮਿਲ ਰਿਹਾ ਹੈ ਹਰ ਇੱਕ ਪਿੰਡ ਦੇ ਵਿੱਚ ਸੈਂਕੜੇ ਦੀ ਗਿਣਤੀ ਦੇ ਚ ਲੋਕ ਸ਼ੁਭ ਕਰਨ ਨੂੰ ਸ਼ਰਧਾਂਜਲੀ ਦੇਣ ਵਾਸਤੇ ਪੁੱਜ ਰਹੇ ਸੀ ਤੇ ਇਸ ਕਲਸ਼ ਯਾਤਰਾ ਦੇ ਦੌਰਾਨ ਲੋਕਾਂ ਨੂੰ ਸ਼ਹੀਦ ਸ਼ੁਭ ਕਰਨ ਨੂੰ ਸ਼ਰਧਾਂਜਲੀ ਦੇਣ ਲਈ 31 ਮਾਰਚ ਦੀ ਮੋੜੀ ਮੰਡੀ ਅੰਬਾਲਾ ਦੇ ਵਿੱਚ ਜਿਹੜੀ ਕਿਸਾਨ ਮਹਾ ਪੰਚਾਇਤ ਆ ਉਹਦੇ ਵਾਸਤੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਸੱਦਾ ਵੀ ਦਿੱਤਾ ਤੇ ਦੂਸਰੇ ਪਾਸੇ ਹਰਿਆਣਾ ਸਰਕਾਰ 31 ਮਾਰਚ ਤੇ ਇਸ ਸਮਾਗਮ ਨੂੰ ਜਿਹੜਾ ਕਿਸਾਨਾਂ ਨੂੰ ਹੰਘਾਰਾ ਮਿਲ ਰਿਹਾ ਉਹ ਕਹਿੰਦੇ ਉਹਦੇ ਤੋਂ ਬਾਅਦ ਇਹ ਬੁਖਲਾਹੜ ਚਾਈ ਹੋਈ ਹੈ ਤੇ ਬੁਖਲਾਹੜ ਚਾਈ ਹਰਿਆਣਾ ਪੁਲਿਸ ਨੇ ਕਿਸਾਨ ਆਗੂਆਂ ਦੇ ਘਰਾਂ 'ਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਆ ਅਤੇ ਲਗਭਗ 50 ਕਿਸਾਨ ਆਗੂਆਂ ਨੂੰ ਘਰਾਂ ਦੇ ਬਾਹਰ ਉਹਨਾਂ ਨੇ ਵੇਖਿਆ ਕਿ ਨੋਟਸ ਚਿਪਕੇ ਹੋਏ ਨਹੀਂ ਭਾਵ ਉਹ ਨੋਟਸ ਚਿਪਕਾ ਕੇ ਪੁਲਿਸ ਅੱਗੇ ਪੇਸ਼ ਹੋਣ ਵਾਸਤੇ ਆਖ ਦਿੱਤਾ ਗਿਆ ਛਾਪੇਵਾਰੀ ਤੇ ਨੋਟਸ ਚਪਕਾਉਣ ਗਈ ਪੁਲਿਸ ਨੂੰ ਪਿੰਡਾਂ ਦੇ ਵਿੱਚ ਪਤਾ ਲੱਗਿਆ ਕਿ ਭਾਰੀ ਵਿਰੋਧ ਦਾ ਸਾਹਮਣਾ ਵੀ ਕਈ ਥਾਵਾਂ 'ਤੇ ਕਰਨਾ ਪਿਆ ਹੈ ਕਈਆਂ ਪਿੰਡਾਂ 'ਚ ਬੀਬੀਆਂ ਬਜ਼ੁਰਗਾਂ ਤੇ ਨੌਜਵਾਨਾਂ ਨੇ ਇਕੱਠੇ ਹੋ ਕੇ ਪੁਲਿਸ ਪਿੰਡਾਂ ਦੇ ਅੰਦਰ ਦਾਖਲ ਹੋਣ ਤੋਂ ਰੋਕੀ ਐ ਅਤੇ ਪੁਲਿਸ ਨੂੰ ਉੱਥੋਂ ਵਾਪਸ ਪਰਤਣਾ ਪਿਆ। ਹਰਿਆਣਾ ਦੇ ਪਿੰਡਾਂ ਦੇ ਅੰਦਰ ਚੱਲ ਰਹੀ ਮਹਿੰਮ ਨੂੰ ਢਾਹ ਲਾਉਣ ਦੇ ਇਰਾਦੇ ਦੇ ਨਾਲ ਜਾਣਕਾਰੀ ਮਿਲ ਰਹੀ ਹੈ ਕਿ ਹਰਿਆਣਾ ਪੁਲਿਸ ਨੇ ਪੰਜਾਬ ਦੀ ਹੱਦ ਅੰਦਰੋਂ ਮੁਹਾਲੀ ਹਵਾਈ ਅੱਡੇ ਤੋਂ ਬੀਕੇ ਜੂ ਸ਼ਹੀਦ ਭਗਤ ਸਿੰਘ ਦੇ ਕਿਸਾਨ ਨੌਜਵਾਨ ਆਗੂ ਨਵਦੀਪ ਸਿੰਘ ਜਲਵੇੜਾ ਅਤੇ ਗੁਰਕੀਰਤ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ। ਕਿਸਾਰ ਆਗੂਆਂ ਨੇ ਆਖਿਆ ਕਿ ਭਾਜਪਾ ਸਰਕਾਰ ਤੇ ਹਰਿਆਣਾ ਪੁਲਿਸ ਹੁਣ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੀ ਹੈ ਪਹਿਲਾਂ ਨੇ ਹੱਥੇ ਕਿਸਾਨਾਂ ਤੇ ਸਿੱਧੀਆਂ ਗੋਲੀਆਂ ਵਾਰੀਆਂ ਤੇ ਉਹਦੇ ਕਾਰਨ ਸ਼ਹੀਦ ਸ਼ੁਭਕਰਨ ਇਸ ਜਹਾਨ ਤੋਂ ਗਈ ਤੇ ਹੁਣ ਸ਼ਹੀਦ ਦੇ ਸ਼ਰਧਾਂਜਲੀ ਸਮਾਗਮ ਨੂੰ ਵੀ ਉਹ ਹਰ ਕੀਮਤ ਤੇ ਰੋਕਣ ਵਾਸਤੇ ਘਟੀਆਂ ਹਰਕਤਾਂ ਤੇ ਉਤਾਰੂ ਹੋ ਚੁੱਕੀ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਜੋ ਨੌਜਵਾਨ ਮਹਾਲੀ ਦੇ ਵਿੱਚੋਂ ਗ੍ਰਿਫਤਾਰ ਕੀਤੇ ਐ ਉਸ ਬਾਰੇ ਪੰਜਾਬ ਸਰਕਾਰ ਵੀ ਆਪਣਾ ਪੱਖ ਸਪਸ਼ਟ ਕਰੇ ਕਿਸਾਨ ਆਗੂਆਂ ਨੇ ਹਰਿਆਣਾ ਪੁਲਿਸ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਹ ਕੁਝ ਦਿਨਾਂ ਚ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਰਿਹਾ ਨਹੀਂ ਕਰਦੀ ਜਾਂ ਸ਼ਰਧਾਂਜਲੀ ਸਮਾਗਮ ਨੂੰ ਰੋਕਣ ਵਾਸਤੇ ਘੱਟੀਆਂ ਹਰਕਤਾਂ ਤੋਂ ਬਾਝ ਨਾ ਆਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਹੈ ਕਿ ਰੇਲ ਤੇ ਸੜਕੀ ਆਵਾਜਾਈ ਨੂੰ ਫਿਰ ਮੁਕੰਮਲ ਤੌਰ ਤੇ ਠੱਪ ਕੀਤਾ ਜਾ ਸਕਦਾ ਹੈ ਕਿਸਾਨ ਆਗੂਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਰਕਾਰ ਅਤੇ ਜਿਹੜੀ ਪੁਲਿਸ ਦੇ ਵੱਲੋਂ ਦਮਨਕਾਰੀ ਨੀਤੀ ਇਸ ਵਕਤ ਅਪਣਾਈ ਜਾ ਰਹੀ ਹੈ ਉਹਦਾ ਮੂੰਹ ਤੋੜ ਜਵਾਬ ਦੇਣ ਅਤੇ 31 ਮਾਰਚ ਨੂੰ ਸ਼ਰਧਾਂਜਲੀ ਸਮਾਗਮ ਜਿਹੜਾ ਮੋੜੀ ਮੰਡੀ ਅੰਬਾਲਾ ਦੇ ਵਿੱਚ ਹੋ ਰਿਹਾ ਹੈ ਉੱਥੇ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਪਹੁੰਚਣ ਜ਼ਰੂਰ ਤੁਣ ਬੀਬੀ ਰਜਿੰਦਰ ਕੌਰ ਭੱਠੜ ਇਹਨਾਂ ਨੇ ਵੀ ਪਰਖਾਚੇ ਉਡਾ ਦਿੱਤੇ ਹੈ ਬੀਬੀ ਰਜਿੰਦਰ ਕੌਰ ਭੱਠੜ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪਾਰਟੀ ਢੀਂਡਸੇ ਵਾਲਾ ਜਿਹਦੀ ਹੁਣ ਕੋਈ ਹੋਣ ਨਹੀਂ ਜਿਸ ਦਾ ਰਲੇਵਾ ਅਕਾਲੀ ਦਲ ਚ ਹੋ ਚੁੱਕਿਆ ਹੈ ਉਹ ਕਹਿੰਦੇ ਜਦੋਂ ਇਹਨਾਂ ਦੇ ਢੀਂਡਸਿਆਂ ਦੇ ਚ ਇਹਨਾਂ ਦੀ ਪਾਰਟੀ ਦੇ ਕੁਝ ਪੱਲੇ ਨਾ ਨਾ ਪਿਆ ਤਾਂ ਢੀਂਡਸਾ ਪਰਿਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਪੈਰੀਂ ਪੈ ਗਿਆ ਅਸਲ ਦੇ ਵਿੱਚ ਬੀਬੀ ਭੱਠਲ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੀ ਸੀ ਜਿੱਥੇ ਉਹ ਢੀਂਡਸਾ ਪਰਿਵਾਰ ਤੇ ਬਰੇ ਉਹਨਾਂ ਰਾਜਨੀਤਿਕ ਆਗੂਆਂ ਦੇ ਵੱਲੋਂ ਜਿਹੜੀ ਦਲ ਬਦਲੀ ਕੀਤੀ ਜਾ ਰਹੀ ਹੈ ਉਹਦੇ ਬਾਬਤ ਕਿਹਾ ਕਿ ਜੋ ਵਿਅਕਤੀ ਕਾਂਗਰਸ ਛੱਡ ਕੇ ਹੋਰ ਪਾਰਟੀਆਂ ਵਿੱਚ ਜਾ ਸਕਦੇ ਆ ਉਹ ਭਾਵੇਂ ਸੁਸ਼ੀਲ ਰਿੰਕੂ ਹੋਵੇ ਉਹ ਜਿਸ ਪਾਰਟੀ 'ਚ ਜਾਂਦਾ ਉੱਥੇ ਵੀ ਨਹੀਂ ਰਹਿੰਦਾ ਕਿਉਂਕਿ ਕੁਝ ਲੋਕ ਨਿੱਜੀ ਮਫਾਦ ਵੇਖਦੇ ਆ ਪਰ ਉਹਨਾਂ ਆਪ ਸਪਸ਼ਟ ਕੀਤਾ ਕਿ ਮੈਂ ਇਸੇ ਪਾਰਟੀ 'ਚ ਅੱਖਾਂ ਖੋਲੀਆਂ ਅਤੇ ਜਿਸ ਟੱਬਰ ਵਿੱਚ ਜਨਮ ਲਿਆ ਤੇ ਆਖਰੀ ਸਾਹ ਤੇ ਅਰਥੀ ਵੀ ਮੇਰੀ ਕਾਂਗਰਸ ਪਾਰਟੀ ਤੋਂ ਹੀ ਉੱਠੂਗੀ ਜਦੋਂ ਬੀਬੀ ਭੱਟਣ ਨੂੰ ਪੁੱਛਿਆ ਕਿ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਰਬਨੀਤ ਬਿੱਟੂ ਇਹ ਵੀ ਤਾਂ ਪੁਰਾਣੇ ਕਾਂਗਰਸੀ ਅਸੀਂ ਇਹ ਵੀ ਤਾਂ ਕਾਂਗਰਸ ਛੱਡ ਚੁੱਕੇ ਨੇ ਸਿੱਧੂ ਨਾਰਾਜ਼ ਹੋਇਆ ਫਿਰਦਾ ਹੈ ਉਹਨਾਂ ਕਿਹਾ ਕਿ ਹੋਰ ਨਾਲ ਤੋਂ ਇਲਾਵਾ ਕੈਪਟਨ ਤੇ ਮੇਰੇ 'ਚ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ ਕਿਉਂਕਿ ਇਹ ਨਿੱਜੀ ਮਫਾਦ ਵੇਖਣ ਵਾਲੇ ਲੋਕ ਨੇ ਜੋ ਕਦੇ ਅਕਾਲੀਆਂ 'ਚ ਕਦੇ ਕਾਂਗਰਸ 'ਚ ਕਦੇ ਭਾਜਪਾ 'ਚ ਚਲੇ ਜਾਂਦੇ ਆ ਉਹਨਾਂ ਚਿੰਤਾ ਜ਼ਰੂਰ ਪ੍ਰਗਟਾਈ ਹੈ ਉਹਨਾਂ ਇਹ ਵੀ ਆਖਿਆ ਕਿ ਇਹ ਸਾਰਾ ਕੁਝ ਅੱਖਾਂ ਵਿੱਚ ਕੇ ਨਹੀਂ ਵੇਖਿਆ ਜਾ ਸਕਦਾ ਉਹ ਕਹਿੰਦੇ ਜਲਦੀ ਦਿੱਲੀ ਹਾਈ ਕਮਾਂਡ ਨੂੰ ਮਿਲਣ ਵਾਸਤੇ ਜਾ ਰਹੇ ਨੇ ਤੇ ਇਹ ਸਾਰੇ ਕਾਸੀ ਦੀ ਪਰਚੋਲ ਕਰਨ ਦੀ ਉਹਨਾਂ ਨੂੰ ਸਲਾਹ ਦੇਣਗੇ ਕਿ ਸਾਡੇ ਫੈਸਲੇ ਗਲਤ ਹੈ ਜਾਂ ਕੁਝ ਹੋਰ ਕਾਰਨ ਨੇ ਜਿਸ ਕਰਕੇ ਸਾਡੇ ਵੱਡੇ ਵੱਡੇ ਆਗੂ ਵੀ ਪਾਰਟੀ ਛੱਡ ਰਹੇ ਨੇ ਬੀਬੀ ਪੱਠਣ ਨੇ ਫਿਰ ਤੋਂ ਸੰਗਰੂਰ ਦੀ ਸਿਆਸਤ ਅਤੇ ਢੀਂਡਸਾ ਪਰਿਵਾਰ ਦੇ ਬਾਬਤ ਵੱਡਾ ਬਿਆਨ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਰ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਇਕੱਠੇ ਤਾਂ ਹੋਇਆ ਕਿਉਂਕਿ ਢੀਂਡਸਾ ਪਰਿਵਾਰ ਦੇ ਅੱਲੇ-ਪੱਲੇ ਕੱਖ ਨਹੀਂ ਸੀ ਪਰ ਉਹਨਾਂ ਨੇ ਆਪਣਾ ਕਿਰਦਾਰ ਦਾਗਦਾਰ ਕਰ ਲਿਆ ਹੈ ਵੱਡਾ ਸਵਾਲ ਕੀਤਾ ਉਹ ਕਹਿੰਦੇ ਢੀਂਡਸਾ ਪਰਿਵਾਰ ਜਿੰਨਾ ਕਾਰਨਾਂ ਦੇ ਕਰਕੇ ਅਕਾਲੀ ਦਲ ਨੂੰ ਛੱਡ ਕੇ ਆਇਆ ਸੀ ਉਹ ਕਾਰਨ ਅੱਜ ਵੀ ਉੱਥੇ ਹੀ ਖੜੇ ਹੈ ਉਹ ਤਾਂ ਕਹਿੰਦੇ ਸੀ ਇਹ ਪ੍ਰਧਾਨ ਨਹੀਂ ਹੋਣਾ ਚਾਹੀਦਾ ਪ੍ਰਧਾਨ ਤਾਂ ਅੱਜ ਵੀ ਸੁਖਵੀਰ ਬਾਦਲੀ ਹੈ ਉਹ ਕਹਿੰਦੇ ਢੀਂਡਸਾ ਪਰਿਵਾਰ ਸੁਖਵੀਰ ਬਾਦਰੀ ਛਤਰ ਛਾਇਆ ਹੇਠ ਅੱਜ ਗਏ ਨੇ ਤਾਂ ਕਿਉਂਕਿ ਉਹ ਟਿਕਟ ਲੈਂਨ ਨੂੰ ਫਿਰਦੇ ਆ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਤੇ ਸੁਖਵੀਰ ਬਾਦਲ ਜਿੰਦਾਬਾਦ ਕਹਿਣ ਲੱਗ ਪਏ ਕਿਉਂਕਿ ਜਦੋਂ ਉਹਨਾਂ ਦੀ ਆਪਣੀ ਪਾਰਟੀ ਦੇ ਕੁਝ ਪੱਲੇ ਨਾ ਪਿਆ ਤਾਂ ਉਹਨਾਂ ਨੇ ਸੋਚਿਆ ਕਿ ਸੁਖਵੀਰ ਬਾਦਲ ਦੇ ਪੈਰੀਂ ਹੀ ਪੈ ਜਾਣੇ ਆ ਲੋਕ ਪਰ ਕਹਿੰਦੇ ਇਸ ਤਰ੍ਹਾਂ ਦੇ ਆਗਮਨ ਨੂੰ ਕਦੇ ਮਾਫ਼ ਨਹੀਂ ਕਰਨਗੇ ਉਹਨਾਂ ਕਿਹਾ ਕਿ ਸੁਖਦੇਵ ਢੀਂਡ ਸਾਹਿਬ ਜਦੋਂ ਮੈਂਬਰ ਪਾਰਲੀਮੈਂਟ ਸੀ ਤਾਂ ਜਿਹੜੇ ਕਿਸਾਨਾਂ ਦੇ ਮੁੱਦਿਆਂ ਦਾ ਹੁਣ ਅਕਾਲੀ ਦਲ ਜਾਂ ਉਹ ਜ਼ਿਕਰ ਕਰਦੇ ਆ ਤਾਂ ਉਸ ਵਕਤ ਮਸਲੇ ਹੱਲ ਕਿਉਂ ਨਹੀਂ ਕਰਵਾਏ ਬੰਦੀ ਸਿੰਘਾਂ ਦੀ ਗੱਲ ਵਾਰ-ਵਾਰ ਕਰਦੇ ਆ ਉਦੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਿਉਂ ਕਦਮ ਨਹੀਂ ਚੁੱਕੇ ਹੁਣ ਸਿਰਫ ਸਮਝੌਤਾ ਕਹਿੰਦੇ ਇਸ ਲਈ ਕੀਤਾ ਕਿਉਂਕਿ ਢੀਂਡਸ ਆਪਣੇ ਪੁੱਤਰ ਪਰਮਿੰਦਰ ਢੀਂਡਸ ਨੂੰ ਟਿਕਟ ਦਿਵਾ ਕੇ ਜਿਤਾਉਣਾ ਚਾਹੁੰਦਾ ਭਾਜਪਾ ਨਾਲ ਕਹਿੰਦੇ ਸਮਝੌਤਾ ਇਸ ਕਰਕੇ ਨਹੀਂ ਕੀਤਾ ਕਿ ਪਿੰਡੂ ਲਾਣਾ ਇਸ ਵਕਤ ਭਾਜਪਾ ਦੇ ਖਿਲਾਫ ਹੈ ਇਸ ਲਈ ਅਕਾਲੀ ਦਲ ਦੇ ਲੜ ਲਾ ਕੇ ਉਹ ਪਾਰ ਹੋਣਾ ਚਾਹੁੰਦੇ ਆ ਪਰ ਹੋਇਆ ਨਹੀਂ ਜਾਣਾ ਕਿਸਾਨਾਂ ਦੇ ਵੱਲੋਂ ਪੁੱਛਿਆ ਗਿਆ ਕਿ ਭਾਜਪਾ ਦੇ ਵਿਰੋਧ ਦਾ ਐਲਾਨ ਹੈ ਉਹ ਕਹਿੰਦੇ ਹਾਂ ਕਿਸਾਨਾਂ ਨੂੰ ਵਿਰੋਧ ਕਰਨ ਦਾ ਹੱਕ ਪੂਰਾ ਬਣਦਾ ਹੈ ਕਿਉਂਕਿ ਭਾਜਪਾ ਨੇ ਕਿਸਾਨਾਂ ਨਾਲ ਅਤਕ ਘਟੀਆ ਦਰਜੇ ਦਾ ਸਲੂਕ ਕੀਤਾ ਹੈ ਉਹਨਾਂ ਦੀਆਂ ਮੰਗਾਂ ਹਲੇ ਤੱਕ ਵੀ ਨਹੀਂ ਮੰਨੀਆਂ ਉਹਨਾਂ ਦਾ ਵਿਰੋਧ ਕੀਤਾ ਜਾਣਾ ਲਾਜ਼ਮੀ ਹੈ ਤੇ ਹੁਣ ਗੱਲ ਕਰਦੇ ਹਾਂ ਆਪਰੇਸ਼ਨ ਲੋਟਸ ਦੀ ਕਦੇ ਮਰਚੜੀਏ ਤੇ ਕਦੇ ਜੀਚੜੀਏ ਪਹਿਲਾਂ ਇਹੀ ਕਾਂਗਰਸ ਵਾਲੇ ਕਹਿੰਦੇ ਹੁੰਦੇ ਸੀ ਕਿ ਆਪਰੇਸ਼ਨ ਲੋਟਸ ਤਾਂ ਹੋਇਆ ਹੀ ਨਹੀਂ ਹੋਣਾ ਕੋਈ ਤੇ ਹੁਣ ਵਿਰੋਧੀ ਧਿਰ ਦੇ ਆਗੂ ਪੰਜਾਬ ਚ ਨੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਹੁਣ ਬਾਜਵਾ ਸਾਹਿਬ ਦੇ ਬਿਆਨ ਥੋੜੇ ਥੋੜੇ ਪਲਟੇ ਪਲਟੇ ਨੇ ਉਹ ਕਹਿੰਦੇ ਆਮ ਆਦਮੀ ਪਾਰਟੀ ਦੀ ਅਗਵਾਈ ਚ ਚੱਲਦੀ ਆ ਪੰਜਾਬ ਚ ਸਰਕਾਰ ਤੇ ਮੈਂ ਉਹਨਾਂ ਨੂੰ ਚੁਣੌਤੀ ਦਿੰਦਾ ਕਿ ਹੁਣ ਕੀ ਦੇਖ ਰਹੇ ਨੇ ਕਾਨੂੰਨੀ ਕਾਰਵਾਈ ਕਰਨ ਕਿਉਂਕਿ ਆਪਰੇਸ਼ਨ ਲੋਟਸ ਦੇ ਬਾਬਤ ਸਾਰੇ ਦਾਅਵੇ ਸਹੀ ਸਾਬਤ ਹੋ ਗਿਆ ਹੈ ਉਹਨਾਂ ਆ ਕਿਹਾ ਕਿ ਆਪ ਸਤੰਬਰ 2022 ਤੋਂ ਆਪਰੇਸ਼ਨ ਲੋਟਸ ਦੇ ਬਾਰੇ ਰੋ ਰਹੀ ਹੈ ਦੱਸ ਰਹੀ ਹੈ ਉਹਨਾਂ ਨੇ ਇਸ ਮੁੱਦੇ ਤੇ ਜਾਂਚ ਕਰਵਾਉਣ ਦੀ ਗੱਲ ਵੀ ਕੀਤੀ ਸੀ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਲਗਭਗ ਡੇਢ ਸਾਲ ਬਾਅਦ ਵੀ ਉਹ ਇਸ ਮੁੱਦੇ ਤੇ ਜਾਂਚ ਕਿਉਂ ਨਹੀਂ ਕਰਵਾ ਰਹੇ ਬਾਜਬਾ ਨੇ ਇਹ ਵੀ ਆਖਿਆ ਕਿ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗਰਾਲ ਜਿਹੜੇ ਕਿ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਸਭ ਤੋਂ ਪਹਿਲਾਂ ਵੱਡਾ ਦਾਵਾ ਉਹਨਾਂ ਨੇ ਠੋਕਿਆ ਸੀ ਕਿ ਉਹਨਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਹੋਣ ਵਾਸਤੇ 20 ਤੋਂ 25 ਕਰੋੜ ਰੁਪਏ ਦੀ ਪੇਸ਼ਕਸ਼ ਹੋਈ ਸੀ ਹੁਣ ਕਹਿੰਦੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਇਹਦਾ ਮਤਲਬ ਉਹਨਾਂ ਖਬਰਾਂ ਤੇ ਮੋਹਰ ਲੱਗ ਗਈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਰੋ ਰਹੀ ਸੀ ਕਿ ਸ਼ੀਤਲ ਅੰਗਰਾਲ ਨੇ ਹੁਣ ਉਹ ਪੇਸ਼ਕਾਸ਼ ਸਵੀਕਾਰ ਕਰ ਲਈ ਹੈ ਉਹਨਾਂ ਕਿਹਾ ਕਿ ਪੰਜਾਬ ਦੀ ਸਰਕਾਰ ਹਾਲੇ ਵੀ ਆਪਰੇਸ਼ਨ ਲੋਟਸ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਬਾਜਵਾ ਨੇ ਕਿਹਾ ਕਿ ਭਾਵੇਂ ਉਹ ਜਾਣਦੇ ਸੀ ਕਿ ਪਾਰਟੀ ਅੰਦਰ ਕੀ ਹੋ ਰਿਹਾ ਹੈ ਪਰ ਆਪ ਕੋਈ ਕਾਰਵਾਈ ਕਰਨ ਵਿੱਚ ਹਾਲੇ ਤੱਕ ਅਸਫਲ ਹੈ ਜਿਸ ਨਾਲ ਉਸਤੇ ਅੰਦਰੂਨੀ ਇਰਾਦੇ ਸਾਫਤ ਹੋ ਰਹੇ ਨਹੀਂ ਬਾਜਵਾ ਨੇ ਕਿਹਾ ਕਿ ਹੁਣ ਭਗਵੰਤ ਮਾਨ ਜਲੰਧਰ ਦੇ ਸੰਸਦ ਸ਼ਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗਰਾਲ ਨੂੰ ਗਦਾਰ ਦੱਸ ਰਹੇ ਹੈ ਜਦੋਂ ਉਹ ਲੈ ਕੇ ਆਏ ਸੀ ਇਹਨਾਂ ਨੂੰ ਇੱਕ ਭਾਜਪਾ ਚੋਂ ਸੀ ਤੇ ਇੱਕ ਕਾਂਗਰਸ ਚੋਂ ਸੀ ਕਿ ਉਸ ਵਕਤ ਇਹ ਗਦਾਰ ਨਹੀਂ ਸੀ ਇਹ ਗੱਲਾਂ ਮੈਂ ਵੀ ਬੀਤੇ ਦਿਨਾਂ ਦੇ ਵਿੱਚ ਕਰ ਚੁੱਕਿਆ ਹਾਂ ਕਿ ਜਦੋਂ ਤੁਹਾਡੇ ਚੋਂ ਕਿਸੇ ਪਾਰਟੀ ਚ ਕੋਈ ਆ ਜਾਂਦਾ ਤਾਂ ਉਹਦਾ ਸਵਾਗਤ ਹੈ ਫਿਰ ਉਹ ਪਾਰਟੀ ਤੇ ਪਾਰਟੀ ਦੇ ਲੀਡਰ ਦੀਆਂ ਗਤੀਵਿਧੀਆਂ ਚੰਗੀਆਂ ਨੇ ਤੇ ਕੰਮ ਤੋਂ ਪ੍ਰਭਾਵਤ ਹੈ ਜਦੋਂ ਛੱਡ ਕੇ ਜਾਂਦਾ ਤੇ ਉਹ ਪਾਰਟੀ ਵੀ ਮਾੜੀ ਤੇ ਪਾਰਟੀ ਵਾਲੇ ਉਹਨੂੰ ਗਦਾਰ ਕਹਿਣ ਲੱਗ ਪੈਂਦੇ ਤੇ ਪਹਿਲਾਂ ਕੋਹੇ ਨੂਰੀ ਹੀਰੇ ਕਹਿੰਦੇ ਐ ਤੇ ਹੁਣ ਗੱਲ ਕਰਦੇ ਆ ਕਾਂਗਰਸ ਅਤੇ ਆਮ ਆਦਮੀ ਤੋਂ ਬਾਅਦ ਭਾਜਪਾ ਵੱਲੋਂ ਅਕਾਲੀ ਦਲ ਨੂੰ ਸਨ ਲਾਉਣੇ ਸ਼ੁਰੂ ਕਰ ਦਿੱਤੀ ਗਈ ਹੈ ਹਾਲੇ ਵੀ ਖਬਰਾਂ ਇਹ ਨੇ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਕਈ ਅਕਾਲੀ ਆਗੂ ਜਿਹੜੇ ਕਿ ਮਾਲਵਾ ਨਾਲ ਸਬੰਧਤ ਨੇ ਉਹਨਾਂ ਨਾਲ ਮੀਟਿੰਗਾਂ ਕਰ ਚੁੱਕੇ ਆਉਣ ਵਾਲੇ ਦਿਨਾਂ ਚ ਵੱਡੇ ਪਟਾਕੇ ਪੈਣ ਦੀ ਸੰਭਾਵਨਾ ਹੈ ਹੁਣ ਖਬਰ ਮਿਲੀ ਆ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਸਕਾ ਭਾਣ ਜਾ ਅਤੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਉਹ ਭਗਮਾ ਰੰਗ ਵਿੱਚ ਰੰਗਿਆ ਗਿਆ ਅਕਾਲੀ ਦਲ ਛੱਡ ਕੇ ਭਾਜਪਾ ਚ ਸ਼ਾਮਲ ਹੋ ਗਿਆ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਪੰਜਾਬ ਦੇ ਭਾਜਪਾ ਇੰਚਾਰਜ ਵਿਜੇ ਰupani ਸਾਬਕਾ ਮੁੱਖ ਮੰਤਰੀ ਗੁਜਰਾਤ ਅਤੇ ਸਹਿ ਇੰਚਾਰਜ ਨਰਿੰਦਰ ਰੈਣਾ ਅਤੇ ਜਰਨਲਿਸਟ ਕਤਰ ਪਰਮਿੰਦਰ ਬਰਾੜ ਅਤੇ ਭਾਜਪਾ ਮਹਿਲਾ ਮੋਰਚੇ ਦੀ ਪ੍ਰਧਾਨ ਬੀਬਾ ਜੈ ਇੰਦਰਕੌਰ ਦੀ ਹਾਜ਼ਰੀ ਦੇ ਵਿੱਚ ਹਰਪਾਲਪੁਰ ਨੇ ਭਾਜਪਾ ਦਾ ਪਟਾਗਲ ਚ ਪਵਾਇਆ ਭਾਜਪਾ ਆਗੂਆਂ ਨੇ ਕਿਹਾ ਕਿ ਹਰਪਾਲਪੁਰ ਦੇ ਪਾਰਟੀ ਚ ਆਉਣ ਦੇ ਨਾਲ ਪਟਿਆਲਾ ਜ਼ਿਲ੍ਹੇ ਦੇ ਵਿੱਚ ਭਾਜਪਾ ਨੂੰ ਹੋਰ ਬਲ ਮਿਲੂਗਾ ਕਿਉਂਕਿ ਹਰਪਾਲਪੁਰ ਵਿਦਿਆਰਥੀ ਸਮੇ ਤੋਂ ਇੱਕ ਕਾਲਜ ਦੇ ਵਿੱਚ ਵਿਦਿਆਰਥੀ ਆਗੂ ਰਿਹਾ ਬਾਅਦ ਦੇ ਵਿੱਚ ਕਈ ਦਹਾਕਿਆਂ ਤੋਂ ਅਕਾਲੀ ਸਫਾਂ ਦੇ ਵਿੱਚ ਵਿਚਰ ਰਹੇ ਹੈ ਤੇ ਮੁੱਢ ਤੋਂ ਹੀ ਸ਼ੁਰੂ ਤੋਂ ਹੀ ਉਹ ਅਕਾਲੀ ਦਲ ਨਾਲ ਜੁੜੇ ਹੋਏ ਸੀ ਦੱਸਣਾ ਬਣਦਾ ਕਿ ਹਰਪਾਲਪੁਰ 10 ਸਾਲ ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਰਹੇ 2 ਸਾਲ ਅਕਾਲੀ ਦਲ ਦੇ ਸੰਯੁਕਤ ਸਕੱਤਰ ਰਹੇ ਤੇ ਹੁਣ ਅਕਾਲੀ ਦਲ ਦੀ ਪੀਏਸੀ ਦੇ ਮੈਂਬਰ ਵੀ ਸੀ ਤੇ ਉਹ ਪੰਜਾਬ ਖਾਦੀ ಗ್ರಾಮ ਉਦਯੋਗ ਖਾਦੀ ਬੋਰਡ ਪੰਜਾਬ ਦੇ ਚੇਅਰਮੈਨ ਵੀ ਰਹੇ ਅਤੇ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਵੀ ਰਹੇ ਚੁੱਕੇ ਨੇ ਪਰ ਹੁਣ ਭਾਜਪਾ ਦੇ ਵੱਲੋਂ ਕਾਂਗਰਸ ਆਪ ਅਤੇ ਉਸ ਤੋਂ ਬਾਅਦ ਅਕਾਲੀ ਦਲ ਨੂੰ ਸੱਨ ਲਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਗੱਲ ਕਰਦਿਆਂ ਜਦੋਂ ਤੋਂ ਸ਼ੀਤਲ ਉਂਗਰਾਲ ਭਾਜਪਾ ਚੱਗੇ ਨੇ ਉਹਨਾਂ ਦੇ ਖਿਲਾਫ ਬਹੁਤ ਸਾਰਾ ਸਮਾਨ ਬਾਹਰ ਆਉਣ ਲੱਗ ਪਿਆ ਹੈ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਨਾਲ ਉਹਨਾਂ ਦੇ ਮੁਤਲਕ ਖਬਰ ਸਾਂਝੀ ਕੀਤੀ ਸੀ ਕਿ ਕੁਝ ਕੇਸ ਨੇ ਕੁਝ ਤੋਂ ਬਰੀ ਵੀ ਹੋਗੇ ਤੇ ਕੁਝ ਕੇਸ ਨੇ ਉਹਨਾਂ ਦਾ ਦਾਬਾ ਬਣਾਇਆ ਗਿਆ ਤੇ ਮੋੜ ਕੇ ਉਹਨੂੰ ਆਪਣੀ ਪਾਰਟੀ 'ਚ ਲੈ ਗਏ ਨੇ ਤੇ ਹੁਣ ਸ਼ੀਤਲ ਉਂਗਰਾਲ ਦੀ ਇੰਟਰਨੈਸ਼ਨਲ ਡਰੱਗ ਰੈਕਟ ਮਾਮਲੇ ਵਿੱਚ ਜੁੜਿਆ ਇੱਕ ਤਸਕਰ ਹੈ ਉਹਦਾ ਨਾਮ ਹੈ ਮਨੀ ਮਨੀ ਦੇ ਨਾਲ ਤਸਵੀਰ ਸਾਹਮਣੇ ਆ ਗਈ ਹੈ ਇਹਦੇ ਤੋਂ ਬਾਅਦ ਸ਼ੀਤਲ ਉਂਗਰਾਲ ਦੀਆਂ ਮੁਸ਼ਕਲਾਂ ਵਾ ਸਕਦੀਆਂ ਨੇ ਇੰਟਰਨੈਸ਼ਨਲ ਪਦਰ ਦੀ ਡਰੱਗ ਚੇਨ ਦੇ ਨਾਲ ਜੁੜਿਆ ਹੈ ਬਰਤਾਨੀਆ ਚ ਬੈਠਾ ਨਸ਼ਾ ਤਸਕਰ ਮਨੀ ਠਾਕਰ ਸ਼ੀਤਲ ਅੰਗਰਾਲ ਦੀ ਤਸਵੀਰ ਉਹਦੇ ਨਾਲ ਮਿਲੀ ਹੈ ਜਾਣਕਾਰੀ ਮੁਤਾਬਕ ਇਹਨੂੰ ਆਧਾਰ ਬਣਾ ਕੇ ਜਲੰਧਰ ਪੁਲਿਸ ਨੇ ਪੰਜਾਬ ਸਰਕਾਰ ਨੂੰ ਕਾਰਵਾਈ ਲਈ ਇੱਕ ਚਿੱਠੀ ਲਿਖ ਦਿੱਤੀ ਹੈ ਜਾਣਕਾਰਾਂ ਦਾ ਕਹਿਣਾ ਹੈ ਕਿ ਜਲਦ ਹੀ ਸ਼ੀਤਲ ਨੂੰ ਇਹਦੀ ਵਾਸਤੇ ਨਾਮਜ਼ਦ ਕੀਤਾ ਜਾ ਸਕਦਾ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਾਰਚ ਮਹੀਨੇ 'ਚ ਜਲੰਧਰ ਪੁਲਿਸ ਦੇ ਵੱਲੋਂ ਅੰਤਰਰਾਸ਼ਟਰੀ ਡਰੱਗ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ ਤੇ ਉਹਦਾ ਸਰਗਣਾ ਹੈ ਮਨੀਸ਼ ਉਰਫ ਮਨੀ ਠਾਕਰ ਇਸ ਵਕਤ ਉਹ ਯੂਕੇ ਚ ਬੈਠਾ ਹੈ ਤੇ ਉੱਥੋਂ ਹੀ ਉਹ ਗੈਂਗ ਨੂੰ ਆਪਰੇਟ ਕਰ ਰਿਹਾ ਹੈ ਮੀਡੀਆ ਆ ਦੀ ਇੱਕ ਧਿਰ ਦੇ ਨਾਲ ਗੱਲਬਾਤ ਕਰਦੇ ਆ ਸ਼ੀਤਲ ਉਂਗਰਾਲ ਤੋਂ ਜਦੋਂ ਇਹਦੇ ਬਾਬਤ ਪੁੱਛਿਆ ਗਿਆ ਉਹ ਕਹਿੰਦੇ ਮੇਰੇ ਤੇ ਤਾਂ ਸਾਰੇ ਲੱਗੇ ਹੋਏ ਦੋਸ਼ ਗਲਤ ਨੇ ਮਨੀ ਨਾਲ ਮੇਰੇ ਕੋਈ ਨਿੱਜੀ ਸਬੰਧ ਨਹੀਂ ਹਾਂ ਮੈਨੂੰ ਜਾਣਦਾ ਸੀ ਅਤੇ ਉਹਨੇ 2022 ਵਿਧਾਨ ਸਭਾ ਚੋਣਾਂ ਵਿੱਚ ਮੇਰੀ ਮਦਦ ਵੀ ਕੀਤੀ ਸੀ ਜਿਸ ਤੋਂ ਬਾਅਦ ਉਹ ਵਿਦੇਸ਼ ਚਲਾ ਗਿਆ ਵਿਦੇਸ਼ ਚ ਰਹਿ ਕੇ ਉਹ ਕੀ ਕਰਦਾ ਹੈ ਇਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹਾਂ ਉਹਨੇ ਮੇਰੀ ਮਦਦ ਜ਼ਰੂਰ ਕੀਤੀ ਸੀ ਤੇ ਕਈ ਹੋਰ ਆਗੂਆਂ ਦੀ ਵੀ ਉਹਨੇ ਮਦਦ ਕੀਤੀ ਹੋਵੇਗੀ ਉਹ ਕਹਿੰਦੇ ਇਹਦੇ ਬਾਰੇ ਮੈਂ ਜਲਦ ਖੁਲਾਸੇ ਕਰਾਂਗਾ ਪਰ ਉਹਨਾਂ ਦੇ ਖੁਲਾਸਿਆਂ ਤੋਂ ਪਹਿਲਾਂ ਇਹ ਤਸਵੀਰ ਨੇ ਕਈ ਖੁਲਾਸੇ ਕਰ ਦਿੱਤੇ ਐ ਤੇ ਹੁਣ ਕਈ ਲੋਕ ਉਹ ਪਿੰਡ ਦੀ ਪੰਚਾਇਤ ਮੈਂਬਰੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਚੋਣਾਂ ਲੜੀ ਜਾਂਦੇ ਐ ਜਿੱਤ ਜ਼ਿੰਦਗੀ 'ਚ ਕਦੇ ਮਿਲੀ ਨਹੀਂ ਬਹੁਤ ਸਾਰੇ ਲੋਕ ਨੀਟੂ ਸ਼ਟਰਾਂ ਵਾਲੇ ਦਾ ਵੀ ਮਜ਼ਾਕ ਉਡਾਉਂਦੇ ਐ ਤੇ ਹੁਣ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਤੇ 19 ਅਪ੍ਰੈਲ ਤੋਂ 1 ਜੂਨ ਤੱਕ ਸੱਤ ਪੜਾਵਾਂ 'ਚ ਵੋਟਾਂ ਪੈਣਗੀਆਂ 4 ਜੂਨ ਨੂੰ ਉਹਨਾਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ ਖਬਰ ਤਾਮਿਲਨਾਡੂ ਵਾਲੇ ਪਾਸੋਂ ਵੜੀ ਹੈ ਕਿ ਉੱਥੇ ਇੱਕ ਵਿਅਕਤੀ ਹੈ ਹੁਣ ਤੱਕ 238 ਵਾਰ ਚੋਣਾਂ ਲੜ ਕੇ ਹਾਰ ਚੁੱਕਿਆ ਜਿੱਤ ਨਸੀਬ ਨਹੀਂ ਹੋਈ ਇਸ ਵਾਰ ਫਿਰ ਆਪਣੀ ਕਿਸਮਤ ਅਜ਼ਮਾਉਣ ਜਾ ਰਿਹਾ ਹੈ ਤੇ ਉਹਦਾ ਨਾਮ ਹੈ ਪਦਮ ਰਾਜਨ ਅਤੇ ਲੋਕ ਇਹਨੂੰ ਇਲੈਕਸ਼ਨ ਕਿੰਗ ਕਹਿੰਦੇ ਆ ਜੀ ਇਹਦੇ ਤੋਂ ਇਲਾਵਾ ਉਹਨੂੰ ਵਰਲਡ ਬਿਗੇਸਟ ਇਲੈਕਸ਼ਨ ਲੂਜ਼ਰ ਇਹ ਵੀ ਆਖਿਆ ਜਾਂਦਾ ਹੈ ਪਦਮ ਰਾਜਨ ਤਾਮਿਲ ਲਾਡੂ ਦੇ ਮੇਟੂਰ ਦਾ ਰਹਿਣ ਵਾਲਾ ਹੈ 65 ਸਾਲ ਉਦੀ ਉਮਰ ਹੈ ਇੱਕ ਟਾਰ ਰਿਪਿਆਰ ਦੁਕਾਨ ਦਾ ਉਹ ਮਾਲਕ ਹੈ ਜਾਣਕਾਰੀ ਦੇ ਅਨੁਸਾਰ 1988 ਤੋਂ ਲਗਾਤਾਰ ਚੋਣਾਂ ਲੜ ਰਿਹਾ ਹੈ 238 ਵਾਰ ਚੋਣਾਂ ਹਾਰਨ ਤੋਂ ਬਾਅਦ ਪਦਮ ਰਾਜਨ ਇੱਕ ਵਾਰ ਫਿਰ ਤੋਂ ਥਾਪੀਆਂ ਮਾਰ ਰਿਹਾ ਕਿ ਚੋਣਾ ਲੋਕ ਸਭਾ ਦੀਆਂ ਲੜੂਗਾ ਇਸ ਵਾਰ ਉਹ ਧਰਮਪੁਰੀ ਸੀਟ ਤੋਂ ਲੋਕ ਸਭਾ ਚੋਣ ਲੜ ਰਿਹਾ ਹੈ ਇਲੈਕਸ਼ਨ ਕਿੰਗ ਦੇ ਨਾਮ ਨਾਲ ਮਸ਼ਹੂਰ ਪਦਮ ਰਾਜਨ ਨੇ ਭਾਰਤ ਭਰ ਵਿੱਚ ਹੋਈਆਂ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਲੈ ਕੇ ਸਥਾਨਕ ਬਾਡੀ ਦੀਆਂ ਚੋਣਾਂ ਤੱਕ ਹਿੱਸਾ ਲਿਆ ਹੈ ਇਹ ਵੀ ਇੱਥੇ ਗੱਲ ਉਚੇਚੇ ਤੌਰ ਤੇ ਦੱਸਣ ਵਾਲੀ ਆ ਕਿ ਪਦਮ ਰਾਜਨ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਵੀ ਚੋਣ ਲੜ ਚੁੱਕਿਆ ਹੈ ਇਹਦੇ ਤੋਂ ਇਲਾਵਾ ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਡਾਕਟਰ ਮਨਮੋਹ ਸਿੰਘ ਅਤੇ ਰਾਹੁਲ ਗਾਂਧੀ ਦੇ ਖਿਲਾਫ ਵੀ ਚੋਣ ਲੜ ਚੁੱਕਿਆ ਹੈ। ਪਦਮ ਰਾਜਨ ਨੇ ਕਿਹਾ ਕਿ ਜਦੋਂ ਉਹਨਾਂ ਨੇ ਚੋਣ ਲੜਨੀ ਸ਼ੁਰੂ ਕੀਤੀ ਸੀ ਤਾਂ ਉਸ ਵਕਤ ਬਹੁਤ ਸਾਰੇ ਲੋਕ ਉਹਦਾ ਮਜ਼ਾਕ ਉਡਾਉਂਦੇ ਸੀ। ਪਰ ਉਹਨੇ ਸਾਰਿਆਂ ਨੂੰ ਇਹ ਸਾਬਤ ਕੀ ਕਰ ਦਿੱਤਾ ਹੈ ਕਿ ਇੱਕ ਆਮ ਵਿਅਕਤੀ ਵੀ ਚੋਣਾਂ 'ਚ ਹਿੱਸਾ ਲੈ ਸਕਦਾ ਹੈ, ਚੋਣਾਂ ਲੜ ਸਕਦਾ ਹੈ। ਪਰ ਜਿੱਤਣਾ ਸਭ ਗੱਲ ਦੂਰ ਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਾਰੇ ਉਮੀਦਵਾਰ ਜਿਹੜੇ ਚੋਣਾਂ ਲੜਦੇ ਹੋ ਸਿਰਫ ਜਿੱਤਣ ਵਾਸਤੇ ਲੜਦੇ ਆ ਪਰ ਮੈਂ ਇਸ ਤਰ੍ਹਾਂ ਨਹੀਂ ਕਰਦਾ। ਮੈਂ ਸਿਰਫ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਚੋਣਾਂ 'ਚ ਹਿੱਸਾ ਲਿਆ ਜਾਵੇ। ਉਹ ਕਹਿੰਦਾ ਮੈਂ ਖੁਸ਼ ਹਾਂ ਇਸ ਗੱਲੋਂ ਕਿ ਮੈਂ ਇਸ ਲੋਕਤੰਤ੍ਰਿਕ ਪ੍ਰਕਿਰਿਆ ਦਾ ਹਿੱਸਾ ਬਣਦਾ ਭਾਵੇਂ ਹਾਰਾਂ ਤੇ ਭਾਵੇਂ ਜਿੱਤਾਂ ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹਦਾ ਇਹ ਵੀ ਕਹਿਣਾ ਹੈ ਕਿ ਉਹ ਤਾਂ ਹਾਰ ਕੇ ਵੀ ਖੁਸ਼ ਹੋ ਜਾਂਦਾ ਹੈ। 238 ਵਾਰ ਚੋਣਾਂ ਹਾਰ ਦੇ ਬਾਵਜੂਦ ਇੱਕ ਵੀ ਜਿੱਤ ਉਹ ਦਰਦ ਨਹੀਂ ਕਰ ਸਕਿਆ। ਇਹ ਆਖ ਸਕਦਾ ਕਿ ਭਾਰਤ ਦੇ ਸਭ ਤੋਂ ਅਸਫਲ ਉਮੀਦਵਾਰਾਂ 'ਚ ਉਹ ਹੈ ਜਿਸ ਕਰਕੇ ਲਿਮਕਾ ਬੁੱਕ ਆਫ ਰਿਕਾਰਡ ਦੇ ਵਿੱਚ ਉਹਦਾ ਨਾਮ ਦਰਜ ਹੋ ਚੁੱਕਿਆ ਹੈ ਪਦਮ ਰਾਜਨ ਦਾ ਸਰਵਸ਼੍ਰੇਸ਼ਟ ਪ੍ਰਦਰਸ਼ਨ ਭਾਪ ਸਭ ਤੋਂ ਵੱਧ ਵੋਟਾਂ ਉਹਨੂੰ 2011 ਚ ਮਿਲੀਆਂ ਸੀ ਜਦੋਂ ਮੈਂ ਟੂਰਚ ਵਿਧਾਨ ਸਭਾ ਚੋਣਾਂ ਵਾਸਤੇ ਖੜਾ ਹੋਇਆ ਤੇ ਉਹਨੂੰ ਉਦੋਂ 6273 ਵੋਟਾਂ ਮਿਲੀਆਂ ਸੀ ਤੇ ਉਹਦੇ ਤੋਂ ਬਾਅਦ ਉਹਨੇ ਕਿਹਾ ਸੀ ਕਿ ਮੈਨੂੰ ਤਾਂ ਉਮੀਦ ਸੀ ਕਿ ਮੈਨੂੰ ਇੱਕ ਵੀ ਵੋਟ ਨਹੀਂ ਮਿਲਣੀ ਪਰ ਫਿਰ ਵੀ ਬਹੁਤ ਸਾਰੇ ਲੋਕਾਂ ਨੇ 6000 ਤੋਂ ਵੱਧ ਲੋਕਾਂ ਨੇ ਮੇਰੇ ਉੱਤੇ ਭਰੋਸਾ ਪ੍ਰਗਟਾਇਆ ਅਤੇ ਮੇਰੇ ਨਾਂ ਤੇ ਮੋਹਰ ਲਾਈ ਤੇ ਹੁਣ ਗੱਲ ਕਰਦੇ ਆਂ ਇੰਗਲੈਂਡ ਵਾਲੇ ਪਾਸਿਓ। ਇਹ ਖਬਰ ਪੰਜਾਬੀਆਂ ਵਾਸਤੇ ਕਾਫੀ ਮੰਦ ਭਾਗੀ ਹੈ। ਅਸੀਂ ਜਿੱਥੇ ਮਰਜ਼ੀ ਜਾਈਏ ਮੰਦੇ ਕੰਮ ਕਰਨੋਂ ਕਈ ਵਾਰੇ ਅਸੀਂ ਟਲਦੇ ਨਹੀਂ। ਜਾਨ ਲੈਣ ਲੱਗਿਆਂ ਵੀ ਅਸੀਂ ਇੱਕ ਸੈਕਿੰਡ ਨਹੀਂ ਲਾਉਂਦੇ। ਇੰਗਲੈਂਡ ਚੋਂ ਖਬਰ ਮਿਲੀ ਹੈ ਕਿ ਪੰਜਾਬੀ ਹੀ ਪੰਜਾਬੀ ਦੇ ਵੈਰੀ ਹੋ ਗਏ। ਚਾਰ ਪੰਜਾਬੀਆਂ ਨੇ ਮਿਲ ਕੇ ਇੱਕ ਹੋਰ ਪੰਜਾਬੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਤੇ ਜਿਨ੍ਹਾਂ ਨੂੰ ਹੁਣ ਅਦਾਲਤ ਨੇ ਦੋਸ਼ੀ ਠਹਿਰਾ ਦਿੱਤਾ ਹੈ। ਤੇ ਹੁਣ ਸਜ਼ਾ ਦਾ ਐਲਾਨ ਕੀਤਾ ਜਾਣਾ ਬਾਕੀ ਹੈ। ਇਹਨਾਂ ਵਿੱਚ ਚਾਰ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਹਾਲੇ ਤੱਕ ਬਾਹਰ ਦਸੇ ਜਾ ਰਹੇ ਨੇ। ਅਰਮਾਨ ਸਿੰਘ ਦੇ ਕਤਲ ਦੇ ਵਿੱਚ ਅਰਸ਼ਦੀਪ ਸਿੰਘ, ਜਗਦੀਪ ਸਿੰਘ, ਸ਼ਿਵਦੀਪ ਸਿੰਘ ਅਤੇ ਮਨਜੋਤ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਹਨਾਂ ਦੀ ਉਮਰ 22 ਤੋਂ 26 ਵਰਿਆਂ ਦੇ ਦਰਮਿਆਨ ਹੈ। ਪੱਛਮੀ ਇੰਗਲੈਂਡ ਦੇ ਸ਼੍ਰੀ ਅਸਬਰੀ ਇਲਾਕੇ 'ਚ 23 ਸਾਲ ਦਾ ਅਰਮਾਨ ਸਿੰਘ ਘਰ-ਘਰ ਪਾਰਸਲ ਪਹੁੰਚਾਉਣ ਦਾ ਕੰਮ ਕਰਦਾ ਸੀ। ਤੇ 2023 ਅਗਸਤ ਦਾ ਮਹੀਨਾ ਸੀ ਬਰਵਿਕ ਐਵੇਨਿਊ ਇਲਾਕੇ ਦੇ ਵਿੱਚ ਅਰਮਾਨ ਦੇ ਉੱਤੇ ਹਮਲਾ ਹੋ ਗਿਆ ਤੇ ਹਮਲੇ ਦੇ ਵਿੱਚ ਉਸ ਦੀ ਮੌਤ ਹੋ ਗਈ ਸੀ ਕਾਤਲ ਦੇ ਸ਼ੱਕ ਵਿੱਚ ਚਾਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਫੈਸਲਾ ਜਦੋਂ ਆਇਆ ਜਦੋਂ ਇਹ ਦੋਸ਼ੀ ਠਹਿਰਾਏ ਗਏ ਨੇ ਤਾਂ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਹਨਾਂ ਦੇ ਪੁੱਤਰ ਦੇ ਜਾਣ ਦਾ ਗਮ ਤਾਂ ਸਾਰੀ ਉਮਰ ਨਹੀਂ ਭੁੱਲਣਾ ਪਰ ਹਾਂ ਫੈਸਲਾ ਚੰਗਾ ਆਇਆ ਹੈ ਪਰ ਦੇਖਦੇ ਹਾਂ ਤੇ ਅੱਗੇ ਸਜ਼ਾ ਕੀ ਸੁਣਾਈ ਜਾਂਦੀ ਹੈ ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਚਾਰੇ ਮੁਲਜ਼ਮਾਂ ਦੇ ਖਿਲਾਫ ਉਹਨਾਂ ਕੋਲ ਪੁਖਤਾ ਸਬੂਤ ਨਹੀਂ ਤੇ ਉਹਨਾਂ ਨੇ ਦੁਸ਼ਮਣੀ ਦੀ ਵਜ੍ਹਾ ਕਾਰਨ ਅਰਮਾਨ ਦਾ ਕਤਲ ਕੀਤਾ ਸੀ। ਅਦਾਲਤ ਨੇ ਕਿਹਾ ਕਿ ਅਸੀਂ ਸਾਰੇ ਮਸਲੇ ਨੂੰ ਪੂਰੀ ਸੰਜੀਦਗੀ ਨਾਲ ਵਿਚਾਰਿਆ ਹੈ। ਪਰਿਵਾਰ ਦੇ ਦਰਦ ਨੂੰ ਵੀ ਸਮਝਦੇ ਹਾਂ। ਸਾਰੇ ਮਸਲਿਆਂ ਨੂੰ ਸਾਰੇ ਤੱਥਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਅਸੀਂ ਫੈਸਲਾ ਕਰਾਂਗੇ, ਉਹ ਸਦਾ ਸੁਣਾਵਾਂਗੇ। ਇਸ ਮਾਮਲੇ ਦੇ ਵਿੱਚ ਹਰਪ੍ਰੀਤ ਸਿੰਘ, ਮਹਿਕਦੀਪ, ਹਰਵਿੰਦਰ ਅਤੇ ਸਹਿਜਪਾਲ ਹਾਲੇ ਲੋੜੀਂਦੇ ਆ। ਦੋਸਤੋ ਇਸ ਕੋਲ ਮਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਵਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ